ਕੀ SGPC ਦੇ ਨਵੇਂ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਇਸ ਸੰਸਥਾ ਦੇ ਵਿੱਚ ਬਿਹਤਰੀ ਇੰਪਰੂਵਮੈਂਟ ਲਿਆ ਸਕਦੇ ਨੇ? ਸੁਣੋ ਇੱਕ ਵਿਚਾਰ, ਇਹ ਵਿਚਾਰ ਨੇ ਦਰਸ਼ਨ ਸਿੰਘ ਧਾਲੀਵਾਲ ਦੇ। ਸੰਧੂ ਸਾਹਿਬ, ਗੱਲ ਇਹ ਆ ਵੀ ਜਿੰਨਾ ਚਿਰ ਸਿਆਸਤ ਦਖਲ ਅੰਦਾਜ਼ੀ ਕਰਦੀ ਰਹੇਗੀ ਨਾ ਸ਼੍ਰੋਮਣੀ ਕਮੇਟੀ 'ਚ, ਓਨਾ ਚਿਰ ਕੰਮ ਸਹੀ ਹੋ ਹੀ ਨਹੀਂ ਸਕਦਾ। ਜਿਹੜਾ ਪਹਿਲਾਂ ਗੱਲ ਹੋਰ ਹੁੰਦੀ ਸੀ, ਪਹਿਲਾਂ ਅਕਾਲੀ ਦਲ ਨੂੰ ਪੰਥ ਕਿਹਾ ਜਾਂਦਾ ਸੀ ਜੀ, ਅੱਜ ਅਕਾਲੀ ਦਲ 'ਚ ਪੰਥ ਵਾਲੀ ਤਾਂ ਕੋਈ ਗੱਲ ਰਹੀ ਨਹੀਂ ਜੀ। ਤੋ ਇਸ ਕਰਕੇ ਇਹਨੂੰ ਸਿਆਸਤ ਨੂੰ ਧਰਮ ਨਾਲੋਂ ਵੱਖਰਾ ਕਰਨ ਦੀ ਲੋੜ ਹੈਗੀ ਆ, ਕਿਉਂਕਿ ਧਰਮ ਇੱਕ ਨਿਰਾ ਸੱਚ ਆ ਤੇ ਸਿਆਸਤ ਨਿਰਾ ਝੂਠ। ਤੁਹਾਨੂੰ ਪਤਾ ਹੋਣਾ, ਤੁਸੀਂ ਪੜ੍ਹਿਆ ਹੋਣਾ ਕਿ ਪਹਿਲਾਂ ਕੈਥੋਲਿਕਸ ਦਾ ਵੀ ਇਕੱਠੇ ਸੀਗੇ ਜੀ ਜੀ, ਲੇਕਿਨ ਕੈਥੋਲਿਕਸ ਨੇ ਕਈ ਸੌ ਸਾਲ ਪਹਿਲਾਂ ਇਹਨੂੰ ਅਲੱਗ ਕਰ ਦਿੱਤਾ, ਸਟੇਟ ਤੇ ਰਿਲੀਜਨ ਵੱਖਰੇ ਕਰ ਦਿੱਤੇ ਜੀ। ਤੇ ਇਸ ਕਰਕੇ ਇਹਨੂੰ ਵੱਖਰਾ ਕਰ ਦੇਣਾ ਚਾਹੀਦਾ। ਸਿਆਸਤ ਜਿੰਨਾ ਚਿਰ ਧਰਮ ਨੂੰ ਚਲਾਊਗੀ, ਉਹਨਾਂ ਚਿਰ ਧਰਮ ਸਹੀ ਕਿਵੇਂ ਚੱਲੂਗਾ? ਮੈਂ ਬਿਲਕੁਲ ਐਗਰੀ ਕਰ ਰਿਹਾ ਹਾਂ, ਸਾਰਾ ਕੁਝ ਇਹੀ ਹੋਊਗਾ। ਬਿਲਕੁਲ ਐਗਰੀ, ਮੇਰਾ ਤਾਂ ਇਹ ਵਿਚਾਰ ਆ ਜੀ। ਔਰ ਸਾਡੇ ਜਿਹੜੇ ਸਿੱਖ ਬੁੱਧੀਜੀਵੀ ਆ, ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ, ਆਵਾਜ਼ ਉਠਾਉਣੀ ਚਾਹੀਦੀ ਹੈ, ਲੋਕਾਂ ਨੂੰ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ, ਇੱਕ ਵੱਖਰਾ ਫਰੰਟ ਬਣਾ ਕੇ ਅੱਗੇ ਤੋਂ ਇਲੈਕਸ਼ਨ ਲੜਨੀ ਚਾਹੀਦੀ ਹੈ SGP ਦੀ।